ਪੰਜਾਬੀ ਦੇ ਮਹਾਨ ਕਵੀ ਸ਼ਿਵ ਬਟਾਲਵੀ ਲਿਖਦੇ ਨੇ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰ ਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਯਾਰਾਂ ਵਰਗੇ ਲੱਗਦੇ, ਚੁੰਮਾਂ ਤੇ ਗੱਲਾਵਾਂ। ਸੱਚਮੁੱਚ ਰੁੱਖਾਂ ਦਾ ਆਦਮੀ ਦੀ ਜ਼ਿੰਦਗੀ ਨਾਲ ਅਨਿੱਖੜ ਰਿਸ਼ਤਾ ਏ। ਜਨਮ ਤੋਂ ਲੈ ਕੇ ਰਹਿਣ ਸਹਿਣ ਤੇ ਮਰਨ ਤੱਕ ਰੁੱਖ ਆਦਮੀ ਦਾ ਸਾਥ ਦਿੰਦੇ ਨੇ। ਰੁੱਖ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਨੇ। ਪਰ ਅੱਜ ਆਦਮੀ ਤਰੱਕੀ ਦੇ ਦੌਰ ਵਿੱਚ ਪਦਾਰਥਵਾਦੀ ਹੋ ਗਿਆ ਹੈ। ਉਸਨੇ ਦਰਖਤਾਂ ਨੂੰ ਅੰਨੇਵਾਹ ਕੱਟਣਾ ਸ਼ੁਰੂ ਕਰ ਦਿੱਤਾ ਏ। ਜੇ ਅਸੀਂ ਆਪਣੇ ਜੀਣ ਲਈ ਵਧੀਆ ਵਾਤਾਵਰਣ ਕਾਇਮ ਕਰਨਾ ਏ, ਤਾਂ ਆਓ ਅਸੀਂ ਰੁੱਖਾਂ ਦੀ ਹੁੰਦੀ ਅੰਧਾਧੁੰਦ ਕਟਾਈ ਨੂੰ ਰੋਕੀਏ ਅਤੇ ਨਵੇਂ ਰੁੱਖ ਲਾਉਣ ਦਾ ਅਹਿਦ ਕਰੀਏ।